ਜਦੋਂ ਸੰਸਾਰ ਵਿੱਚ ਸਾਰੇ ਸਾਥੀ ਮਨੁੱਖ ਦਾ ਸੰਗ ਛੱਡ ਦੇਣ, ਹਾਰ ਅਤੇ ਦੁੱਖਾਂ ਦੇ ਡੰਗ ਮਨੁੱਖ ਨੂੰ ਜ਼ਖਮੀ ਕਰ ਦੇਣ, ਪੈਰਾਂ ਹੇਠੋਂ ਸਾਰੇ ਆਧਾਰ ਖਿਸਕ ਜਾਣ, ਜੀਵਨ ਦੇ ਹਨੇਰੇ ਅਤੇ ਇਕਾਂਤ ਮਾਰਗ 'ਤੇ ਯਾਤਰੀ ਇਕੱਲਾ ਪੈ ਜਾਵੇ ਤਾਂ ਕਿ ਉਹ ਜਿਉਂਦਾ ਰਹਿ ਸਕਦਾ ਹੈ, ਕੁਝ ਕਰ ਸਕਦਾ ਹੈ, ਮਾਰਗ 'ਤੇ ਅੱਗੇ ਵੱਧ ਸਕਦਾ ਹੈ। ਨਿਸ਼ਚਿਤ ਹੀ ਕੋਈ ਵੀ ਕਮੀ ਉਸਦੇ ਜੀਵਨ ਨੂੰ ਅਧੂਰੀ ਨਹੀਂ ਰੱਖ ਸਕਦੀ। ਮਨੁੱਖ ਦਾ ਆਤਮ ਵਿਸ਼ਵਾਸ ਹੀ ਇਕੱਲਾ ਇੰਨਾ ਸ਼ਕਤੀਸ਼ਾਲੀ ਸਾਧਨ ਹੈ ਜੋ ਉਸਨੂੰ ਮੰਜ਼ਿਲ 'ਤੇ ਪਹੁੰਚਾ ਸਕਦਾ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਚਾਰੇ। ਆਪਣੇ ਆਪ ਵਿੱਚ ਵਿਸ਼ਵਾਸ, ਈਸ਼ਵਰ ਵਿੱਚ ਵਿਸ਼ਵਾਸ, ਆਪਣੇ ਆਤਮ ਦੇਹ ਦੀ ਅਥਾਹ ਸ਼ਕਤੀਆਂ ਵਿੱਚ ਵਿਸ਼ਵਾਸ, ਇਹੀ ਜੀਵਨ ਦੀ ਸਫਲਤਾ ਅਤੇ ਮਹਾਨਤਾ ਦਾ ਰਹੱਸ ਹੈ। ਸਵਾਮੀ ਵਿਵੇਕਾਨੰਦ। ਪੁਸਤਕ ਦਾ ਨਾਮ ਮਨੋਵਿਕਾਰ ਸਰਵਨਾਸ਼ੀ ਸ਼ਤਰੂ। ਪੁਸਤਕ ਦੀ ਜਾਣਕਾਰੀ। ਅੱਜ ਹਾਲਾਤ ਬਹੁਤ ਖਰਾਬ ਹਨ। ਅਸੀਂ ਸੰਘਰਸ਼ਾਂ ਤੋਂ ਲੜਨ ਦੀ ਪ੍ਰਵਿਰਤੀ ਛੱਡ ਦਿੱਤੀ ਹੈ ਅਤੇ ਉਹਨਾਂ ਤੋਂ ਇੰਨੇ ਡਾਵਾਂਡੋਲ ਹੋ ਰਹੇ ਹਾਂ ਕਿ ਸਾਡਾ ਮਾਨਸਿਕ ਸੰਤੁਲਨ ਵਿਗੜ ਰਿਹਾ ਹੈ, ਜਿਸ ਦੇ ਕਾਰਨ ਨਿਤ ਆਤਮ ਹੱਤਿਆ, ਦਰਿੱਦਰਤਾ, ਪਾਪ, ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹਨਾਂ ਸਭ ਦਾ ਮੂਲ ਕਾਰਨ ਕੀ ਹੈ? ਇਹਨਾਂ ਸਭ ਦਾ ਕਾਰਨ ਹੈ ਆਤਮ ਗਿਆਨ ਦੀ ਘਾਟ। ਅਸੀਂ ਆਪਣੇ ਆਪ ਨੂੰ, ਆਪਣੀਆਂ ਸ਼ਕਤੀਆਂ ਅਤੇ ਸਮਰੱਥਾ ਨੂੰ ਭੁੱਲ ਗਏ ਹਾਂ। ਇਸੇ ਲਈ ਮੁਸ਼ਕਲਾਂ ਆਉਣ 'ਤੇ ਡਾਵਾਂਡੋਲ ਹੋ ਜਾਂਦੇ ਹਾਂ ਅਤੇ ਆਪਣਾ ਆਤਮ ਵਿਸ਼ਵਾਸ ਗੁਆ ਲੈਂਦੇ ਹਾਂ। ਇਹਨਾਂ ਹਾਲਾਤਾਂ ਦਾ ਸਾਹਮਣਾ ਕਿਸ ਤਰ੍ਹਾਂ ਕਰੀਏ ਕਿ ਅਸੀਂ ਜੀਵਨ ਵਿੱਚ ਕਦੇ ਹਾਰ ਨਾ ਮੰਨਦਿਆਂ ਅੱਗੇ ਵੱਧਦੇ ਜਾਈਏ ਅਤੇ ਮਨੋਵਿਕਾਰ ਰੂਪੀ ਦੁਸ਼ਮਣਾਂ ਨੂੰ ਹਰਾ ਸਕੀਏ? ਜੀਵਨ ਜੀਣ ਦੀ ਕਲਾ ਸਿੱਖ ਕੇ ਹੀ ਅਸੀਂ ਇਸ ਅਨਮੋਲ ਜੀਵਨ ਅਤੇ ਸੰਸਾਰ ਦੀ ਸੁੰਦਰਤਾ ਦਾ ਆਨੰਦ ਲੈ ਸਕਦੇ ਹਨ। ਇਸ ਦੀ ਘਾਟ ਵਿੱਚ ਅਸੀਂ ਮਾਮੂਲੀ ਜਿਹੀਆਂ ਗੱਲਾਂ ਤੋਂ ਵਿਚਲਿਤ ਹੁੰਦੇ ਰਹਾਂਗੇ। ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ ਜੋ ਸਾਨੂੰ ਦੱਸਦੀ ਹੈ ਕਿ ਅਸੀਂ ਜਾਣ ਬੁੱਝ ਕੇ ਆਪਣੇ ਅਨਮੋਲ ਜੀਵਨ ਨੂੰ ਤਬਾਹ ਨਾ ਕਰੀਏ। ਜੋ ਹੈ, ਜੋ ਨੁਕਸਾਨ ਹੋ ਗਿਆ ਹੈ, ਉਸਦੇ ਲਈ ਰੋਣ ਚਿੱਲਾਣ ਅਤੇ ਦੁਖੀ ਹੋਣ ਦੀ ਬਜਾਏ ਸਾਨੂੰ ਆਪਣੇ ਭਵਿੱਖ ਦੀ ਸੰਭਾਵਨਾਵਾਂ ਵੱਲ ਦੇਖਣਾ ਚਾਹੀਦਾ ਅਤੇ ਉਸਦੇ ਲਈ ਆਤਮ ਵਿਸ਼ਵਾਸ ਦੇ ਨਾਲ ਹਿੰਮਤ ਕਰਨੀ ਚਾਹੀਦੀ ਹੈ। ਤਾਂ ਹੀ ਅਸੀਂ ਮਨੋਵਿਕਾਰਾਂ ਦੇ ਵਿਨਾਸ਼ਕਾਰੀ ਦੁਸ਼ਮਣਾਂ ਨੂੰ ਹਰਾ ਕੇ ਆਪਣੀ ਸੁੱਖ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਪੁਸਤਕ ਦੇ ਕੁਝ ਅੰਸ਼। ਦੁੱਖ ਤੋਂ ਮਿਲ ਕੇ ਚੱਲਣ ਵਾਲੇ ਜੀਵਨ ਵਿੱਚ ਜੋ ਸਰਸਤਾ ਅਤੇ ਆਨੰਦ ਹੈ, ਉਹ ਇੱਕ ਰਸ ਸੁਖੀ ਜੀਵਨ ਵਿੱਚ ਨਹੀਂ। ਮਾਰਗ ਦੀ ਅਸਫਲਤਾ ਲਗਨਸ਼ੀਲ ਵਿਅਕਤੀ ਦੇ ਦਿਲ ਵਿੱਚ ਆਪਣੇ ਉਦੇਸ਼ ਦੇ ਪ੍ਰਤੀ ਹੋਰ ਵੀ ਜ਼ਿਆਦਾ ਪ੍ਰੇਮ, ਉਤਸੁਕਤਾ ਅਤੇ ਆਕਰਸ਼ਣ ਵਧਾਉਂਦੀ ਹੈ। ਆਤਮ ਵਿਸ਼ਵਾਸ ਦੀ ਧਰਤੀ ਵਿੱਚ ਹੀ ਮਿਹਨਤ ਦਾ ਫਲ ਉੱਗਦਾ ਹੈ ਅਤੇ ਮਿਹਨਤ ਹੀ ਵੀਰ ਭੋਗਿਆ ਵਸੁੰਧਰਾ ਉੱਤੇ ਸਵਰਗੀ ਜੀਵਨ ਦੀ ਸਿਰਜਣਾ ਕਰਦੇ ਹਨ। ਆਤਮ ਵਿਸ਼ਵਾਸ ਦੇ ਕਾਰਨ ਮੁਸ਼ਕਲ ਮਾਰਗ ਵੀ ਸੌਖਾ ਹੋ ਜਾਂਦਾ ਹੈ, ਰੁਕਾਵਟਾਂ ਵੀ ਮੰਜ਼ਿਲ ਵੱਲ ਪਹੁੰਚਾਉਣ ਵਾਲੀਆਂ ਸੀੜੀਆਂ ਬਣ ਜਾਂਦੀਆਂ ਹਨ। ਆਤਮ ਵਿਸ਼ਵਾਸ ਪਰਮਾਤਮਾ ਉੱਤੇ ਵਿਸ਼ਵਾਸ ਕਰਨਾ ਹੈ, ਜਿਸ ਦੀ ਸ਼ਕਤੀ ਅਜੇ ਅਤੇ ਅਨੰਤ ਹੈ। ਆਤਮ ਵਿਸ਼ਵਾਸ ਗਰੀਬ ਦਾ ਧਨ, ਬੇਆਸਰੇ ਦਾ ਸਹਾਰਾ, ਕਮਜ਼ੋਰਾਂ ਦੀ ਸ਼ਕਤੀ ਹੈ। ਆਤਮ ਵਿਸ਼ਵਾਸ ਦਾ ਅਰਥ ਹੈ ਆਪਣੀ ਪਰਿਸਥਿਤੀਆਂ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਖੋਜਣਾ। ਆਪਣਾ ਪਿਆਰ ਹੀ ਦੂਜਿਆਂ ਵਿੱਚ ਪ੍ਰਤੀਬਿੰਬ ਹੁੰਦਾ ਹੈ। ਪਰੇਸ਼ਾਨੀਆਂ ਨੂੰ ਉਤਸ਼ਾਹ ਵਿੱਚ ਬਦਲ ਦੇਣਾ ਹੀ ਮਾਨਸਿਕ ਰੋਗਾਂ ਦੀ ਸਹੀ ਚਿਕਿਤਸਾ। ਆਪਣੇ ਆਪ ਨੂੰ ਜਾਣਨਾ, ਉਸਦੇ ਮੁਤਾਬਕ ਆਚਰਣ ਕਰਨਾ ਹੀ ਅਧਿਆਤਮ ਹੈ। ਪੁਸਤਕ ਦੇ ਕੁਝ ਬਿੰਦੂ। ਮਾਨਸਿਕ ਪਰੇਸ਼ਾਨੀਆਂ ਦਾ ਮਾੜਾ ਪ੍ਰਭਾਵ। ਨਿਰਾਸ਼ਾ ਛੱਡ ਕੇ ਉੱਠੋ ਅਤੇ ਅੱਗੇ ਵਧੋ। ਆਤਮ ਵਿਸ਼ਵਾਸ ਇੱਕ ਅਸਲੀ ਤਾਕਤ। ਆਤਮਹੀਨਤਾ ਦੀ ਗ੍ਰੰਥੀ ਤੋਂ ਆਪਣੇ ਆਪ ਨੂੰ ਨਾ ਜਕੜੀਏ। ਅਧਿਆਤਮਿਕ ਆਧਾਰ ਹੀ ਸਾਰੇ ਰੋਗਾਂ ਦਾ ਇਲਾਜ, ਮਾਨਸਿਕ ਰੋਗਾਂ ਦਾ ਪ੍ਰੇਮ ਹੀ ਇਲਾਜ।